ਬੁੱਢਾ ਦਰਿਆ ਨਾ ਆਪਾਂ ਨੂੰ ਥੋੜੀ ਦੇਰ ਦੇ ਵਿੱਚ ਜਵਾਨ ਕਰ ਦਾਂਗੇ ਫਿਕਰ ਨਾ। ਸਰਕਾਰ ਨੇ ਆਪਣਾ ਹਿੱਸਾ ਦੇਣਾ, ਉਹ ਰਿਸੈਪਟਿਵ ਨੇ ਔਰ ਮੈਨੂੰ ਲੱਗਦਾ ਕਿ ਬੜੀ ਜਲਦੀ ਹੈ ਸਾਰੇ ਟੈਂਡਰ, ਜਦੋਂ ਬੈਡਸ ਪ੍ਰੀ ਬੈਡਸ ਹੋ ਚੁੱਕੀਆਂ ਨੇ ਅਤੇ ਉਹ ਸਾਰੇ ਕੰਮ ਸ਼ੁਰੂ ਹੋ ਜਾਣ। ਲੋਕਾਂ ਨੂੰ ਵੀ ਆਖੋ ਨਾ, ਤੁਸੀਂ ਤਾਂ ਪੁੱਛੀ ਜਾਂਦੇ ਹੋ ਸਾਰੇ ਅਫਸਰਾਂ ਨੂੰ, ਜਿਹੜਾ ਤਾਂ ਜਿਹੜੇ ਉੱਥੇ ਸਿੱਟਦੇ ਨੇ ਕਦੇ ਉਹਨੂੰ ਪੁੱਛਿਆ ਕਿਸੇ ਨੂੰ? ਤੁਸੀਂ ਅਗਰ ਸਾਥ ਦਿਓਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਬੁੱਢੇ ਲਾਣੇ ਨੂੰ ਜਵਾਨ ਹੋਣ ਦੇ ਵਿੱਚ ਸਾਲ ਤੋਂ ਜ਼ਿਆਦਾ ਲੱਗ। ਸਾਰੇ ਅਫਸਰਸ ਨੂੰ ਸੈਂਸਟਾਈਜ਼ ਕੀਤਾ, ਟਾਈਮ ਲਾਈਨਸ ਫਿਕਸ ਕਰ ਦਿੱਤੀਆਂ ਨੇ, ਸਾਰੇ ਬੜੇ ਰਿਸਪੋਂਸਿਵ ਨੇ ਔਰ ਜਿਹੜੇ ਕੰਮ ਬੜੀ ਦੇਰ ਤੋਂ ਰੁਕੇ ਹੋਏ ਸਨ ਕਈ ਸਾਲਾਂ ਦੇ, 10-10 ਸਾਲ ਤੋਂ 15 ਸਾਲ ਤੋਂ, ਉਹ ਲੱਗਦਾ ਹੈ ਕਿ ਬੜੇ ਨੀਅਰ ਫਿਊਚਰ ਦੇ ਵਿੱਚ ਸਾਰਿਆਂ ਦੇ ਵਿੱਚ ਕਾਫੀ ਹੱਦ ਤੱਕ ਸਾਡੀ ਪ੍ਰਾਪਤੀ ਹੋ ਜਾਏਗੀ, ਜਿਹਦੇ ਨਾਲ ਅਸੀਂ ਪੋਲਿਊਸ਼ਨ ਨੂੰ ਕੰਟਰੋਲ ਕਰ ਸਕਾਂਗੇ। ਨਹੀਂ, ਤਾਲਮੇਲ ਦੀ ਕੋਈ ਜ਼ਿਆਦਾ ਕਮੀ ਨਹੀਂ ਹੈ, ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜੀ ਡਿਸਟ੍ਰਿਕਟ ਲੈਵਲ ਇਨਵਾਇਰਮੈਂਟ ਕਮੇਟੀ ਹੈ ਉਹਦੇ ਹੈੱਡ ਬਣਾ ਦਿੱਤਾ ਹੈਗਾ, ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਸਪੈਸ਼ਲ ਟਾਸਕ ਫੋਰਸ ਬਣਾਈ ਹੈ, ਉਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਹੈੱਡ ਨੇ। ਸੋ ਇਹ ਹਰ ਮਹੀਨੇ ਇੱਕ ਇੱਕ ਮੀਟਿੰਗ, ਕਈ ਵਾਰੀ ਦੋ ਮੀਟਿੰਗਾਂ ਵੀ ਕਰਦੇ ਨੇ, ਇਸ ਕਰਕੇ ਤਾਲਮੇਲ ਪਹਿਲਾਂ ਦੀ ਗੱਲ ਹੈ, ਜਦੋਂ ਤਾਲਮੇਲ ਨਹੀਂ ਸੀ ਹੁਣ ਤਾਲਮੇਲ ਦੀ ਵਿੱਚ ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਬਾਕੀ ਜਦੋਂ ਅਸੀਂ ਆਉਂਦੇ ਹਾਂ ਉਸ ਵੇਲੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਨੂੰ ਆਪਸ ਵਿੱਚ ਹੀ ਬਿਠਾ ਕੇ ਗੱਲ ਕੀਤੀ ਜਾਵੇ। ਜਿਹੜਾ ਲਗੇਸੀ ਵੇਸਟ ਹੈ ਉਸਨੂੰ ਸ਼ੁਰੂ ਕਰਨ ਦੀ ਹਜੇ ਕੋਈ ਬਹੁਤ ਅੱਛੀ ਸਕੀਮ ਨਹੀਂ ਹੈ, ਪਰ ਸਾਡੇ ਨਾਲ ਵਾਅਦਾ ਕੀਤਾ ਹੈਗਾ ਕਿ ਵਿਦਇਨ ਏ ਮੰਥ ਔਰ ਸੋ ਇਹਦੀ ਸਾਰੀ ਸਕੀਮ ਬਣਾ ਕੇ ਇਹ ਸਾਨੂੰ ਪੇਸ਼ ਕੀਤੀ ਜਾਵੇਗੀ ਔਰ ਲੱਗਦਾ ਹੈ ਕਿ ਜੂਨ ਤੱਕ ਕੋਈ ਨਾ ਕੋਈ ਕੰਮ ਇਹਦੇ ਵਿੱਚ ਕਾਫੀ ਹੱਦ ਤੱਕ ਸ਼ੁਰੂ ਹੋ ਜਾਏਗਾ। ਡੈਡਲਾਈਨ ਤਾਂ ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਾਂ ਦਿੱਤੀ ਹੋਈ ਹੈ, ਉਹਨੂੰ ਅਸੀਂ ਕ੍ਰੋਸ ਕਰ ਰਹੇ ਹਾਂ, ਉਹਦੇ ਕੀ ਕੰਸੀਕੁਐਂਸਿਸ ਨੇ ਉਸ ਗ੍ਰੀਨ ਟ੍ਰਿਬਿਊਨਲ ਦੇਖੇਗੀ, ਪਰ ਇੱਥੇ ਅਫਸਰਸ ਨੇ ਵਾਅਦਾ ਕੀਤਾ ਹੈ ਕਿ ਬੜੀ ਜਲਦੀ ਸਾਰਾ ਸਿਸਟਮ ਬਣਾ ਕੇ ਔਰ ਇਹਨਾਂ ਨੇ ਸਾਨੂੰ ਪੇਸ਼ ਕਰਨਗੇ, ਉਹਦੇ ਹਿਸਾਬ ਨਾਲ ਕੰਮ ਸ਼ੁਰੂ ਹੋ ਜਾਏਗਾ। ਮਾਰਚ 31 ਤਾਂ ਲਾਸਟ ਡੇਟ ਹੈ ਨਾ NGT ਵੱਲੋਂ ਦਿੱਤੀ ਹੋਈ, ਹਾਂ ਨਹੀਂ ਦਿਸ ਈਅਰ ਫਸਟ ਐਂਡ ਦੈਨ ਨੈਕਸਟ ਈਅਰ। ਸਿਰਫ ਫਾਈਨਲ ਅਪਰੂਵਲ ਰਹਿੰਦੀ ਹੈ, ਬਹੁਤ ਸਾਰੇ ਪੈਸੇ ਅੰਮ੍ਰਿਤ ਚੋਂ ਸਕੀਮ ਚੋਂ ਆ ਜਾਣਗੇ, ਸਮਾਰਟ ਸਿਟੀ ਚੋਂ ਆ ਜਾਣਗੇ, ਬਾਕੀ ਸਰਕਾਰ ਨੇ ਆਪਣਾ ਹਿੱਸਾ ਦੇਣਾ, ਉਹ ਰਿਸੈਪਟਿਵ ਨੇ ਔਰ ਮੈਨੂੰ ਲੱਗਦਾ ਕਿ ਬੜੀ ਜਲਦੀ ਹੈ ਸਾਰੇ ਟੈਂਡਰ, ਜਦੋਂ ਬੈਡਸ ਪ੍ਰੀ ਬੈਡਸ ਹੋ ਚੁੱਕੀਆਂ ਨੇ ਅਤੇ ਉਹ ਸਾਰੇ ਕੰਮ ਸ਼ੁਰੂ ਹੋ ਜਾਣਗੇ। ਬੁੱਢਾ ਦਰਿਆ ਨਾ ਆਪਾਂ ਉਹਨੂੰ ਥੋੜ੍ਹੀ ਦੇਰ ਦੇ ਵਿੱਚ ਜਵਾਨ ਕਰ ਦਾਂਗੇ ਫਿਕਰ ਨਾ ਕਰੋ। ਉਹ ਮਿਊਨਸਿਪਲ ਕਮੇਟੀ ਵਾਲਿਆਂ ਨੇ ਵਾਅਦਾ ਕੀਤਾ ਹੈਗਾ ਕਿ ਉਹਨੂੰ ਬੜੀ ਜਲਦੀ ਜਿੰਨਾ ਵੀ ਹੋ ਸਕਿਆ ਉਸ ਇੱਕ ਮਸ਼ੀਨ ਮੰਗਾ ਰਹੇ ਨੇ ਸਪੈਸ਼ਲੀ ਇਸ ਕੰਮ ਵਾਸਤੇ, ਜਿਹਦੇ ਨਾਲ ਡੀਸੈਂਟਿੰਗ ਵਗੈਰਾ ਅਤੇ ਉਹਨੂੰ ਸਫਾਈ ਕਰਨ ਦਾ ਕੰਮ ਹੋਇਆ। ਪਰ ਤੁਸੀਂ ਲੋਕਾਂ ਨੂੰ ਵੀ ਆਖੋ ਨਾ, ਤੁਸੀਂ ਤਾਂ ਪੁੱਛੀ ਜਾਂਦੇ ਹੋ ਸਾਰੇ ਅਫਸਰਾਂ ਨੂੰ, ਜਿਹੜਾ ਤਾਂ ਜਿਹੜੇ ਉੱਥੇ ਸਿੱਟਦੇ ਨੇ ਕਦੇ ਉਹਨੂੰ ਪੁੱਛਿਆ ਕਿਸੇ ਨੂੰ? ਕਦੀ ਪ੍ਰੈਸ ਵਾਲਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਉੱਥੇ ਥੋੜ੍ਹੇ ਵਾਲੇ ਬੰਦੇ ਖੜ੍ਹੇ ਹੋ ਕੇ ਉਹਨਾਂ ਨੂੰ ਗਾਈਡ ਕਰਨ ਕਿ ਅਸੀਂ ਜੀ ਨਹੀਂ ਕਰਨਾ? ਜਿੰਨੀ ਦੇਰ ਤੱਕ ਸਿਵਲ ਸੁਸਾਇਟੀ ਨਹੀਂ ਸਮਝੇਗੀ ਉਨੀ ਦੇਰ ਤੱਕ ਮਸ਼ੀਨ ਲਿਆਵਾਂਗੇ, ਮਸ਼ੀਨ ਲਿਆ ਕੇ ਅਸੀਂ ਪਰਮਾਨੈਂਟਲੀ ਇਹਨੂੰ ਬਣਾਵਾਂਗੇ, ਖਤਮ ਕਰਾਂਗੇ। ਤੁਸੀਂ ਅਗਰ ਸਾਥ ਦਿਓਗੇ, ਲੋਕ ਸਾਥ ਦੇਣਗੇ, ਜੋ ਬਹੁਤ ਜ਼ਰੂਰੀ ਹੈ ਲੋਕਾਂ ਦਾ ਸਾਥ ਦੇਣਾ, ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਅਫਸਰ ਕਿਤੇ ਉੱਥੇ ਕੋਲ ਥੋੜ੍ਹੀ ਬਹਿ ਜਾਣਗੇ। ਤੁਸੀਂ ਅਗਰ ਸਾਥ ਦਿਓਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਬੁੱਢੇ ਲਾਣੇ ਨੂੰ ਜਵਾਨ ਹੋਣ ਦੇ ਵਿੱਚ ਸਾਲ ਤੋਂ ਜ਼ਿਆਦਾ ਲੱਗੇਗਾ। ਐਕਸ਼ਨ ਜਿੱਥੇ ਵਾਇਲੇਸ਼ਨ ਹੈ ਜ਼ਰੂਰ ਲੈਂਦੇ ਹਾਂ, ਭਾਈ PPCB ਵਾਲੇ ਇਨਕੁਆਇਰੀ ਕਰਦੇ ਆ ਸਾਰੇ ਜਾ ਕੇ। ਨਹੀਂ, ਅਸੀਂ ਸਾਰੇ ਪ੍ਰੋਜੈਕਟਸ ਦੀ ਟਾਈਮ ਲਾਈਨ ਫਿਕਸ ਕੀਤੀ ਹੈ ਔਰ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਔਰ ਅਫਸਰਾਂ ਨੇ ਬੜੇ ਰਿਸੈਪਟਿਵ ਨੇ ਸਾਰੇ, ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਦਿੱਤੀ ਹੋਈ ਟਾਈਮ ਲਾਈਨ ਦੇ ਵਿੱਚ ਅਸੀਂ ਸਾਰੇ ਕੰਮ ਖਤਮ ਕਰ ਸਕੀਏ।